कच्चा है जी, बहुती कच्चा है जी, छोटा भी कच्चा है जी। मैं कहने गाना देखो, तुसी देखो, देख लीदा हुंदा वा। चलो आ देखो। ऐसी उलझी नजर उनसे हटती नहीं। तेरी नींद में मुड़ के हंसना तेन मैं जड़ी मैनू है अस्सलाम वालेकुम नाजरीन, की हाल चाल है तुहाडे? ठीक ठाक हो? सेहत तबीयत ठीक है? मिठा जी अज मेरे को आए ने घर फिर एक करी, असी अज जाना एक शो करन। मिठा जी काम थोड़ा ही रह गया मेरा, ठीक है? बस अब मैं एक्सपोर्ट ते लाना वा, फिर आपां निकलना। ठीक है, निकलना निकलना कोई नहीं, इत्थे ही बैठना बस। दस है इत्थे ही की मतलब? नहीं नहीं बाहर बूर कोई नहीं जाना मेरा भाई। भाई टाइम दिता होया उत्थे जाना वा। टाइम देता तो फिर की होया हुण इन्नी ठंड च जाइए बाहर? ਕਿਹੜੀ ਠੰਡ ਆ ਯਾਰ, ਕੋਈ ਵੀ ਨਹੀਂ ਠੰਡ। ਵੇਖ ਸਿੰਗਲ ਸ਼ਰਟ ਪਾਈ ਆ ਮੈਂ, ਕੋਈ ਮਾਹੌਲ ਨਹੀਂ ਹੈਗਾ ਐਸਾ ਵੈਸਾ। ਉਹ ਮਾਫ਼ੀ ਦੇ ਦੇ, ਲਫ਼ਜ਼ ਆਕੜੀ ਜਾਣ ਡੇ, ਲਫ਼ਜ਼ ਨਹੀਂ ਨਿਕਲਣ ਡੇ, ਤਾਂ ਤੁਸੀਂ ਏਡੀ ਏਡੀ ਦੂਰ ਰਹਿ ਜਾਂਦੇ ਯਾਰ, ਇਹ ਕੋਈ ਗੱਲ ਆ ਕਰਨ ਵਾਲੀ ਭਾਣਾ? ਯਾਰ ਮੈਂ ਕਿਹੜਾ ਤੈਨੂੰ ਦੂਰ ਦਾ ਕਹਿਤਾ, ਵੀ ਇਹ ਲਾਗੇ ਹੀ ਜਾਣਾ ਯਾਰ। ਕੋਈ ਨਹੀਂ ਲਾਗੇ ਹੀ ਜਾਣਾ, ਚੱਲ ਜੀ ਉਹਨਾਂ ਧਿਆਨ ਨਾਲ ਜਾਣਾ ਮੇਰਾ ਭਾਈ। ਅੱਛਾ ਜਾ ਕੇ ਮੈਸੇਜ ਕਰ ਦੀ ਮੈਨੂੰ। ਉਹ ਯਾਰ ਤੂੰ ਨਾਲ ਜਾਣਾ, ਉੱਥੇ ਲੋਕਾਂ ਨੇ ਅਰੇਂਜ ਕੀਤਾ ਹੋਇਆ ਮਾਹੌਲ ਆ ਪੂਰਾ ਸ਼ਾਦੀ ਦਾ। ਅਰੇਂਜ ਬੜਾ, ਕਿਤੇ 1000 ਬੰਦੇ ਦਾ ਉੱਥੇ ਹੋ ਗਿਆ ਬੇਅਰੇਂਜ, ਉੱਥੇ ਚੀਤਾ ਭੁੰਨਿਆ ਉਹਨਾਂ ਨੇ। ਮਰਜ਼ੀ ਹੈ ਯਾਰ ਮਿੱਠੇ, ਹੁਣ ਮੈਂ ਤੈਨੂੰ ਕਹਿ ਕੇ ਦੱਸ ਕੇ ਬੁਲਾਇਆ, ਫਿਰ ਤੂੰ ਮੈਨੂੰ ਰੇਸ ਕਰੀ ਜਾ ਰਿਹਾ ਐਵੇਂ ਫਜ਼ੂਲ 'ਚ। ਭਾਜੀ ਕਿਤੇ ਸਾਡੀ ਮਰਜ਼ੀ ਵੀ ਦੇਖ ਲਿਆ ਕਰੋ ਨਾ ਯਾਰ, ਤੇਰੀ ਦੇਖੀ ਦੀ ਹੈ ਹਰ ਦਫਾ। ਮੇਰੀ ਦੇਖੀ ਦੀ ਹੈ ਅਤੇ ਐਵੇਂ ਕਹੀ ਜਾਣੇ, ਬੜਾ ਠੰਡ ਦੇਖ, ਬੰਦਾ ਨਜ਼ਰ ਨਹੀਂ ਆਉਣ ਡਿਆ। ਬੰਦਾ ਨਜ਼ਰ ਨਹੀਂ ਆਉਂਦੇ, ਤੂੰ ਸੁਨੇਹਾ ਦੇਣਾ ਬੰਦੇ ਨੂੰ। ਯਾਰ ਤੂੰ ਚੱਲ ਗੱਡੀ 'ਚ, ਆਪਾਂ ਚੱਲ, ਮੈਂ ਗੱਡੀ ਚੱਲਦਾ, ਤੂੰ ਮੋਟਰਸਾਈਕਲ 'ਤੇ ਆ ਜਾਈ ਪਿੱਛੇ ਪਿੱਛੇ। ਮੇਰੇ ਕਹਿਣ ਦਾ ਮਤਲਬ ਆ ਬਾਹਰ ਧੁੰਦ ਦੇਖੀ ਆ, ਹੱਥ ਨਜ਼ਰ ਨਹੀਂ ਸੀ ਆਉਣ ਡਿਆ। ਹੱਥ ਨੂੰ ਤੂੰ ਚੂੜੀਆਂ ਪਵਾਉਣੀਆਂ, ਹੱਥ ਨਜ਼ਰ ਨਹੀਂ ਆ ਵੀ ਹੱਥ ਫੜ ਕੇ ਤੂੰ ਯਾਰ। ਮਿੱਠੇ ਹੁਣ ਤੂੰ ਐ ਬਹਾਨੇ ਜਾਣ ਜਾਣ ਕੇ ਨਾ ਯਾਰ। ਪਤਾ ਕੀ ਗੱਲ ਆ, ਚੁੱਪ ਕਰਕੇ ਜੇਲਾਂ ਨੇ ਛੋਟੀ ਜਿਹੀ ਗੱਡੀ ਦਿੱਤੀ ਆ ਇਹਨਾਂ ਨੂੰ, ਅੰਦਰ ਖੜੀ ਰਹਿਣ ਦੇ, ਨਜਾਇਜ਼ ਤੇਲ ਤੂਲ ਸਾੜ ਕੇ ਆ ਜਾਣਾ ਤੇ ਇੱਥੇ ਕਿਤੇ ਬਹਿ ਕੇ ਸ਼ੋਅ ਕਰ ਲੈਂਦੇ ਆ। ਯਾਰ ਗੱਡੀ 'ਤੇ ਤਾਂ ਮੈਂ ਜਾਣਾ ਵਾ ਨਾ, ਤੂੰ ਤਾਂ ਆਪਣੀ ਮੋਟਰਸਾਈਕਲ 'ਤੇ ਜਾਣਾ। ਓਹੋ, ਮੈਂ ਸਦਕੇ ਜਾਵਾਂ, ਜਾਣੀ ਕਿ ਫੁੱਲ ਠੰਡ ਫੱਕਦਾ ਜਾਵਾਂ, ਨੈਣ ਨਕਸ਼ੀ ਹੋਰ ਕਰਾ ਲਵਾਂ ਆਪਣੇ ਮੈਂ। ਅੱਗੇ ਪਤਾ ਕਿੱਡੀ ਦੂਰੋਂ ਆਇਆ ਚੱਲ ਕੇ। ਪਰ ਹਲ ਮੈਂ ਤੈਨੂੰ ਕਹਿਤਾ, ਪਰ ਅਸੀਂ ਵੀ ਕਹਿਤਾ ਵਾ, ਟਾਈਮ ਬਣਿਆ ਹੋਇਆ ਮਿੱਠੇ ਯਾਰ, ਐਵੇਂ ਦਿਮਾਗ ਨਾ ਮੇਰਾ ਖਰਾਬ ਕਰੀ ਜਾਣ। ਚੱਦਰ ਲਈਏ ਕਿਤੇ ਠੱਕ ਦਾ ਰੋਲ ਕਰਨਾ ਵੀ, ਦੱਸ ਵੀ ਇੱਕ ਦੇ ਘਰ ਵੀ ਕੁਛ ਸ਼ੋਅ ਕਰ ਲਿਆ ਕਰੋ ਯਾਰ, ਵੀ ਬੜਾ ਕਿਤੇ ਪਬਲਿਕ ਬਾਹਰ ਤੱਕ ਆਈ ਹੋਈ ਤੇਰੇ ਸ਼ੋਅ ਮੰਗਣ ਡਈ ਆ। ਬਸ ਠੀਕ ਆ, ਏਡਾ ਵੀ ਕਿਤੇ ਬਾਹਰ ਹਾਲਾਤ ਦੇਖ ਕੇ ਮਤਲਬ ਬਾਹਰ ਤੱਕ ਭਾਈ 20,000 ਸਬਸਕ੍ਰਾਈਬਰ ਹੋ ਗਏ ਆ, ਲੋਕ ਅਗਲੇ ਪੁੱਛਦੇ ਆ ਕਿ ਸ਼ੋਅ ਸ਼ੂ ਕਿੱਥੇ ਹੈਗੇ ਤੁਹਾਡੇ। ਯਾਰ ਸ਼ੋਅ ਹੋਣ ਨਹੀਂ ਡੇ, ਅਪਲੋਡ ਨਹੀਂ ਹੋਣ ਡੇ ਸ਼ੋਅ, ਕਿੱਥੇ ਹੋਣ ਨਹੀਂ ਦੇ, ਹੋਰਾਂ ਚੈਨਲਾਂ 'ਤੇ ਹੋਣ ਡੇ, ਉਹ ਦੇਖ ਲਓ, ਉਹ ਉੱਧਰ ਹੋ ਰਹੇ ਨਾ। ਹਰ ਟਾਈਮ ਮੇਰਾ ਭਾਈ ਅੜੀ ਨਹੀਂ ਕਰੀਦੀ ਹੁੰਦੀ, ਮੌਸਮਾਂ ਨਾਲ ਨਹੀਂ ਪੰਗਾ ਲਈਦਾ ਹੁੰਦਾ, ਇੰਨੀ ਠੰਡ ਪੈਣ 'ਚ ਪਾਸਾ ਸੌਂ ਗਿਆ ਫਿਰ, ਜੇ ਅਸੀਂ ਉੱਥੇ ਨਾ ਗਏ ਉਹਨੇ ਬੰਦਾ ਮਾਰ ਦੇਣਾ। ਨਹੀਂ ਮਾਰਦੇ ਯਾਰ, ਕਤਲੋ ਕਰ ਸ਼ੁਰੂ ਹੋ ਜਾਣੀ ਉੱਥੇ। ਇੱਕ ਟਾਈਮ ਬਣਿਆ ਹੋਵੇ ਨਾ ਫਿਰ ਬੁਰਾ ਲੱਗਦਾ ਬੰਦਾ, ਹੁਣ ਉੱਥੇ ਟਾਈਮ ਬਣਿਆ ਹੋਇਆ। ਉਈ, ਅੱਜ ਕਿੰਨੀ ਟਾਈਮ ਦੀ ਫਿਕਰ ਹੈ, ਹੈ ਟਾਈਮ ਬਣਿਆ ਹੋਇਆ। ਸਟੂਡੀਓ ਤਾਂ ਮੇਰਾ ਭਾਈ ਤੂੰ 4 ਵਜੇ ਵੜਦਾ ਵਾਂ। ਮੈਂ ਕਿਸ ਟਾਈਮ 4 ਵਜੇ ਵੜਿਆ? ਤੁਸੀਂ ਆਉਂਦੇ 4-4 ਵਜੇ, ਤੁਹਾਡੇ ਤੋਂ ਪਹਿਲੇ ਮੈਂ ਉੱਥੇ ਮੌਜੂਦ ਹੁੰਦਾ। ਸਭ ਤੋਂ ਪਹਿਲੇ ਅਲਹਮਦੁਲਿਲਾ ਮਿੱਠਾ ਮੌਜੂਦ ਹੁੰਦਾ, ਮੈਨੂੰ ਤਾਂ ਐਂ ਲੱਗਦਾ ਹੁੰਦਾ ਯਾਰ ਵੀ ਇਹਦਾ ਕਿਰਾਇਆ ਭਾੜਾ, ਇਹਦਾ ਲੈਣਾ ਦੇਣਾ, ਇਹਦਾ ਸਾਰਾ ਕੁਛ ਸਟੂਡੀਓ ਤੋਂ ਮੈਂ ਹੀ ਦੇਖਣ ਡਿਆ। ਮੈਂ ਅੱਗੇ ਇੱਕ ਸ਼ੋਅ 'ਚ ਵੀ ਗਿਆ ਸੀ, ਤੇਰੇ ਘਰ ਮੰਜੀਆਂ ਮੁੰਜੀਆਂ ਦਾ ਮਸਲਾ ਵਾ, ਬੈੱਡ ਦਾ ਮਸਲਾ, ਇਸ ਲਈ ਟਾਈਮ ਸਿਰ ਪਹੁੰਚ ਜਾਂਦਾ। ਅੱਛਾ ਜੀ, ਤੁਹਾਡੇ ਕੋਲ ਵਿਆਹਾਂ ਸ਼ਾਦੀਆਂ ਵਾਲੇ ਮੰਜੀਆਂ ਲੈ ਕੇ ਜਾਂਦੇ, ਵੀ 10 ਮੰਜੀਆਂ ਸਾਡੀਆਂ ਲਿਖ ਲੈਣਾ ਹੈ? ਉਹ ਅੱਲਾ ਦੀ ਮਿਹਰਬਾਨੀ ਨਾਲ ਬਹੁਤ ਐਕਸਟਰਾ ਨਿਜ਼ਾਮ ਪਿਆ, ਉੱਤੇ ਵੀ ਛੱਤ 'ਤੇ ਵੀ ਪਿਆ। ਸਦਕੇ ਜਾਵਾਂ, ਛੱਤ 'ਤੇ ਜਿਹੜਾ ਪਿਆ ਫਿਰ ਚਕਾ ਮੈਂ ਲਿਆਵਾਂ ਗੱਡੀ, ਬਣ ਜਾਣਾ ਮੂੰਹ ਹੁਣੇ। ਆ ਹੁਣ ਦਿਓ ਤਾਂ ਮੈਨੂੰ 5,000 ਅਡਵਾਂਸ, ਦੇਖੀ ਨੈਣ ਨਕਸ਼ ਹੋਰ ਹੋ ਜਾਣੇ। ਦੇਖਿਆ ਨਾਲ ਹੀ ਆਵਾਜ਼ ਦਮ ਹੋ ਗਈ, ਘੁੱਟ ਹੋ ਗਈ। ਸ਼ੋਅ ਕਰਨਾ ਨਹੀਂ ਨਾਜ਼ਰੀਨ, ਕੰਮ ਕਰਨਾ ਨਹੀਂ, ਇੱਥੇ ਬਹਿ ਕੇ ਕਰ ਲਈਏ ਅਤੇ ਅਡਵਾਂਸ ਲੈ ਲਓ। ਉਹ ਯਾਰ ਅੱਲਾ ਦੇ ਬੰਦਿਆਂ, ਵੀ ਬਾਹਰ ਸ਼ੋਅ ਕਰ ਕਰਕੇ ਕੀ ਦੇਤਾ ਭਰਾਵਾ, ਤੂੰ ਨੁੱਕਰ ਵਾਲੀ ਦੁਕਾਨ ਲੈ ਦਿੱਤੀ ਕਿਤੇ। ਇਹ ਬਸ ਇਹੀ ਗੱਲ, ਆਹੀ ਬਾਹਰ ਵੀ ਉਹੀ ਕੁਛ ਕਰਦੇ ਵਾਲੀਆਂ ਗੱਲਾਂ ਕਰਾ ਦਿਓ ਇਹਦੇ ਕੋਲ ਜਿੰਨੀਆਂ ਮਰਜ਼ੀ। ਅਤੇ ਹੋਰ ਸ਼ੋਅ 'ਚ ਮਤਲਬ ਕੀ ਮੈਨੂੰ ਐਜ਼ ਏ ਰੈਸਲਰ ਲੈ ਕੇ ਚੱਲਣਾ ਵਾ? ਇੱਥੇ ਜਾਣਾ ਆਪਾਂ, ਠੀਕ ਹੈ? ਤੂੰ ਮੋਟਰਸਾਈਕਲ 'ਤੇ ਆਈ, ਤੇਰਾ ਘਰ ਉੱਧਰੋਂ ਲੱਗ ਗਿਆ ਮੇਰੀ ਗੱਲ ਨਾ, ਤੂੰ ਸਮਝ ਨਹੀਂ ਰਿਹਾ। ਮੈਂ ਕਿਸੇ ਨਾ ਸ਼ੋਅ ਫੜਨਾ ਵਾ ਇੱਧਰ ਸਾਹੀਆਂ ਵਾਲੇ ਵੱਲ ਦਾ, ਮੈਂ ਕਿਤੇ ਦੂਰ ਦਾ ਸ਼ੋਅ ਫੜਨਾ ਅਤੇ ਮੈਂ ਤੈਨੂੰ ਕਹਿਣਾ ਮੇਰਾ ਮੋਟਰਸਾਈਕਲ 'ਤੇ ਚੱਲ, ਤੈਨੂੰ ਮੈਂ ਅੱਗੇ ਮੋਟਰਸਾਈਕਲ 'ਤੇ ਕੁਛ ਚਲਾਉਣੀ ਹੈ ਇਹਨਾਂ ਦਿਨਾਂ ਦੇ ਵਿੱਚ, ਤੈਨੂੰ ਲੱਗ ਪਤਾ ਜੋ ਠਾਹ ਬਾਜ਼ੀ ਪਈ ਤੇਰੀ ਇੰਜ ਕਰਕੇ। ਕੋਈ ਮਸਲਾ ਹੀ ਨਹੀਂ, ਮੈਂ ਕਹਿੰਦਾ ਤੂੰ ਮੇਰੀ ਗੱਲ ਸੁਣਾਇਆ ਪਾਈ, ਟੋਪੀ ਪਾਈ ਲਵਾ ਲਾ, ਇੱਦਾਂ ਹੀ ਤੇਰਾ ਭਰਾ ਇੱਦਾਂ ਹੀ ਚਲਾਏਗਾ ਮੋਟਰਸਾਈਕਲ। ਉਹ ਤੇਰਾ ਭਰਾ ਮੈਨੂੰ ਪਤਾ, ਚੁੱਪ ਕਰਕੇ ਵੈਗਨਾਰ 'ਚ ਵੜ ਜਾਣਾ ਵਾ। ਨਹੀਂ ਨਹੀਂ ਮੋਟਰਸਾਈਕਲ ਚਲਾਵਾਂਗਾ ਮੈਂ। ਉਹ ਯਾਰ ਠੰਡ ਕੋ ਠੰਡ, ਇਹ ਤਾਂ ਠੰਡ, ਤੂੰ ਅੱਲਾ ਦੇ ਬੰਦੇ, ਇਹ ਤੂੰ ਵੱਡੀਆਂ ਵੱਡੀਆਂ ਠੰਡਾਂ ਦੇਖੀਆਂ। ਬੜਾ ਬੇਲੈ ਜਿਹਾ ਹੋਇਆ ਮੇਰਾ ਭਰਾ, ਤੂੰ ਠੰਡ ਨੂੰ ਮੰਨਣ ਹੀ ਨਹੀਂ ਰਿਹਾ। ਨਹੀਂ ਨਹੀਂ ਮੈਂ ਨਹੀਂ ਮੰਨਦਾ। 70-70 ਕੋਟੀਆਂ ਪਾ ਕੇ ਤੁਸੀਂ ਨਿਕਲਦੇ ਆ, ਆਹੋ
ਅੱਲਾ ਨੇ ਕਾਰ ਦਿੱਤੀ ਤੁਸੀਂ ਸਕੂਨ ਨਾਲ ਕਾਰ 'ਚ ਹਲਕਾ ਜਿਹਾ ਹੀਟਰ ਔਨ ਕਰਕੇ ਅਤੇ ਨਾਲ ਤੁਸੀਂ ਮਿਕਸ ਰਿਮਿਕਸ ਜਿਹਾ ਗਾਣਾ ਲਾ ਕੇ ਐਂ ਆ ਜਾਂਦੇ ਹਲਕੇ ਜਿਹਾ ਹਾਂਜੀ ਕਿਆ ਬਣਾ ਵੋ ਬਣਾ ਪੁੱਛੋ ਸਾਨੂੰ ਜਿਹੜੇ ਐਂ ਹੁੰਦੇ ਮੈਂ ਤਾਂ ਦੇਖਦਾ ਤੇ ਦਸਤਾਨੇ ਮੈਂ ਕਿੱਡੇ ਮੇਰੇ ਕੋਲ ਭਾਵੇਂ ਵਾਪਟ ਵਾਲੇ ਧਾਰੇ ਲੈ ਜਾਂਦੇ ਕਿੱਡੇ ਕਿੱਡੇ ਦਸਤਾਨੇ ਰੱਖੇ ਆ ਚੱਲ ਮਿੱਠੇ ਮੈਂ ਗੱਡੀ 'ਚ ਹੀ ਬਹਿ ਜਾਂ ਗੱਡੀ 'ਚ ਕਰ ਜਾਂਦੇ ਫਿਰ ਇੱਥੋਂ ਚੱਲ ਜਾਈ ਘਰ ਅੱਛਾ ਮੈਂ ਜਿਹੜੀ ਗੱਡੀ 'ਚ ਜਾਵਾਂ ਅਤੇ ਵਾਪਸ ਤੁਹਾਡੇ ਨਾਲ ਆ ਕੇ ਇੱਥੋਂ ਮੋਟਰਸਾਈਕਲ ਲੈ ਕੇ ਜਾਵਾਂ ਮੈਨੂੰ ਜਲਾਲਤ ਹੀ ਜਲਾਲਤ ਆ ਆਰਟਿਸਟਾਂ ਦੀ ਕੋਈ ਇੱਜ਼ਤ ਵੀ ਕਰੋ ਕੋਈ ਕਦਰ ਵੀ ਕਰੋ ਉਹ ਮੇਰੀ ਗੱਲ ਸੁਣ ਫਿਰ ਹੁਣ ਕੀ ਕਰੀਏ ਆਰਟਿਸਟਾਂ ਨਾਲ ਮੈਨੂੰ ਦੱਸ ਇੰਡੀਆ ਦੇ ਕਰਨ ਚੌਹਰ ਸਾਹਿਬ ਜੇ ਦੇਖਿਆ ਵੀ ਹਾਂ ਉਹ ਕਿੰਨੀ ਆਰਟਿਸਟਾਂ ਦੀ ਇੱਜ਼ਤ ਕਰਦਾ ਕਰਨ ਚੌਹਰ ਤੁਸੀਂ ਆ ਯਾਰ ਹੁਣ ਤੁਹਾਡੀ ਸਮਝ ਨਹੀਂ ਆਉਂਦੀ ਠੰਡ ਵੀ ਨਹੀਂ ਦੇਖਣੀ ਗਰਮੀ ਨਹੀਂ ਦੇਖਣੀ ਸਰਦੀ ਨਹੀਂ ਦੇਖਣੀ ਫੈਸਿਲਿਟੀਆਂ ਦੇਣੀਆਂ ਨੇ ਆਰਟਿਸਟਾਂ ਨੂੰ ਫਨਕਾਰਾਂ ਨੂੰ ਜੇ ਭਰਾ ਬੰਦੀ ਪਾਈ ਹੈ ਤਾਂ ਮਤਲਬ ਇਹ ਨਹੀਂ ਤੂੰ ਮੇਰਾ ਘਰ ਬਾਰ ਛਿੜਾ ਦੇਵੇਂ ਰਾਤ ਦੇ 11:30 ਵਜਣੇ ਧੁੰਦ ਨਾ ਇਹ ਨਹੀਂ ਕਿਹਾ ਵੀ ਚਾਰ ਆਂਡੇ ਲੈ ਲਵਾਂ ਜਿੱਦਾਂ ਤੂੰ ਕਰਨ ਚੌਹਰ ਕਿਹਾ ਨਾ ਤੇਰੇ ਵਰਗਾ ਬੰਦਾ ਐਵੇਂ ਕਹਿੰਦਾ ਹੁੰਦਾ ਯਾਰ ਆਪਾਂ ਅਬਦੁਲ ਰਹਿਮਾਨ ਦਾ ਪਤਾ ਯਾਰ ਰਹਿਮਾਨ ਮੇਰੀ ਮੁਸੀਕੀ ਨੂੰ ਬੜਾ ਲਾਈਕ ਕਰਦੇ ਤੇਰੀ ਨੂੰ ਹਾਂ ਮੈਂ ਯੋਯੋ ਲੁਹਾਰ ਆ ਨਾ ਬਹਰਹਾਲ ਆ ਦੇਖਿਆ ਅੰਦਰ ਬੈਠੇ ਅੱਖਾਂ ਵਲੀ ਜਾਂਦਾ ਵਾ ਹੈ ਮੈਨੂੰ ਕਹਿੰਦਾ ਤੂੰ ਗੱਲ ਹੀ ਸੁਸਤੀ ਅੱਜ ਕਰਨੇ ਆ ਯਾਰ ਕੰਮ ਕਰਨ ਵਾਸਤੇ ਮੈਂ ਉੱਠਿਆ ਫਰੈਸ਼ ਹੋਇਆ ਕੱਪੜੇ ਪਾਏ ਵੀ ਚੱਲੀਏ ਕਿਤੇ ਸ਼ੋਅ ਸ਼ੂ ਕਰਕੇ ਆਈਏ ਤੂੰ ਐਦਾਂ ਬੈਠਾ ਵਾ ਜਿੱਦਾਂ ਪਤਾ ਨਹੀਂ ਕੀ ਹੋ ਗਿਆ ਮੈਂ ਫਰੈਸ਼ ਨਹੀਂ ਹੈ ਵੀਰੇ ਮੈਂ ਨਹੀਂ ਬਾਹਰ ਜਾ ਸਕਦਾ ਬਾਹਰ ਕਾਤਲਾਨਾ ਧੁੰਦ ਪੈਣ ਡਈ ਹੈ ਤੂੰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਇੱਥੋਂ ਗੱਡੀ 'ਚ ਜਾਣਾ ਅੱਗੇ ਵੀ ਜਿੱਥੇ ਜਾਣਾ ਉਹ ਵੀ ਬੰਦ ਜਗ੍ਹਾ ਪੂਰੀ ਅੱਗੋਂ ਵੀ ਮੈਨੂੰ ਉਹਨਾਂ ਨੇ ਗੱਡੀ 'ਚ ਨਹੀਂ ਜਾਣਾ ਹੂਟਰ ਵਾਲੀ ਜੀ ਹੈ ਜੇ ਚਾਰ ਪੰਜ ਜਣੇ ਮੇਰੇ ਆਲੇ ਦੁਆਲੇ ਬੈਠੇ ਹੋਣੇ ਪੁੱਛਣਾ ਕੀ ਹੋਇਆ ਜੀ ਪਤਾ ਨਹੀਂ ਭਾਅ ਜੀ ਹਲਕੇ ਜੀ ਠੰਡ ਲੱਗੀ ਬੰਦਾ ਸਾਹ ਨਹੀਂ ਲੈਣ ਡਿਆ ਹੀਟਰ ਚੱਲ ਰਹੇ ਹੋਣੇ ਫੁੱਲ ਭਾਣ ਉਹ ਹੀਟਰ ਤਾਂ ਇੱਥੇ ਚੱਲਣ ਡੇ ਜਿੱਥੇ ਉੱਤਰਨਾ ਗਾਹਾਂ ਰੱਖਿਆ ਵੀ ਤੂੰ ਕਿਤੇ ਕਿਨਾਰ ਰੋਡ ਵਾਲੀ ਸਾਈਡ 'ਤੇ ਉੱਥੇ ਪਤਾ ਕਿ ਉੱਥੇ ਤਾਂ ਸਖਤ ਜੂਨ ਜੁਲਾਈ ਦੇ ਵਿੱਚ ਇੰਨੀ ਠੰਡ ਹੁੰਦੀ ਮੈਂ ਕਰਕੇ ਲੰਘਦਾ ਉੱਥੋਂ ਹੱਥ ਦੋਵੇਂ ਛੱਡ ਦੇਣਾ ਮੋਟਰਸਾਈਕਲ ਮੋਟਰਸਾਈਕਲ ਅੱਲਾ ਦੇ ਆਸਰੇ ਜਾਣ ਡੇ ਹੁੰਦੇ ਐਂ ਹੁੰਦਾ ਮੈਂ ਨਹੀਂ ਭਾਅ ਜੀ ਆਪਣੇ ਹੱਥ ਖੜੇ ਸਿੱਧੀ ਸਾਫ ਗੱਲ ਵੇਖੋ ਇੱਥੇ ਬਹਿ ਗਿਆ ਬੰਦਾ 10 ਮਿੰਟ ਸ਼ੋਅ ਕਰ ਲੈਂਦਾ ਯਾਰ ਤੂੰ ਤਾਂ ਹੋਟਲਬਾਜ਼ੀ ਭੁੱਲ ਹੀ ਗਿਆ ਵਾ ਕਿਤੇ ਹੋਟਲਬਾਜ਼ੀ ਦੇ ਵਿੱਚ ਚੱਲ ਜਾਈਏ ਬੜਾ ਸੋਹਣੀ ਰੂਟੀਨ ਬਣੀ ਸੀਗੀ ਲੰਗਰ ਲੁੰਗਰ ਵਾਲੀ ਯਾਰ ਮਿਲੇ ਜੋ ਤੇਰੇ ਨੈਣਾ ਹਮਾਰੇ ਨੈਣਾ ਸੇ ਅਸਲਾਮ ਅਲੈਕੁਮ ਵਰਹਿਮਤੁਲਲਾ ਵਾਲੇਕੁਮ ਕੀ ਹਾਲ ਚਾਲ ਹੈ ਠੀਕ ਹੋ ਠੀਕ ਆ ਭਾਈ ਯਾਰ ਕਿੱਦਾਂ ਠੀਕ ਆ ਹਾਂਜੀ ਅਲਹਮਦੁਲਿਲਾ ਸਭ ਠੀਕ ਹੋਰ ਸਿਹਤ ਵੀ ਬੜਾ ਕੀ ਗੱਲ ਕੰਨ ਬੜਵਾਤੇ ਆ ਬੜਾ ਗਲਵੇਟਿਆ ਆਪਣੇ ਆਪ ਨੂੰ ਠੰਡ ਬਹੁਤ ਆ ਐਗਾ ਪਤਾ ਨਹੀਂ ਕਿਤੇ ਚੋਰੀ ਦੀ ਹੈਂਡ ਫਰੀ ਲਾਈ ਆ ਵੀ ਪਤਾ ਨਹੀਂ ਲੱਗੇ ਕਿਸੇ ਨੂੰ ਤੁਸੀਂ ਵੀ ਤੇ ਲਪੇਟੇ ਹੀ ਹੋਏ ਆ ਤੁਹਾਨੂੰ ਵੀ ਲੱਗ ਹੀ ਰਹੀ ਮੈਂ ਤਾਂ ਸਰਦੀ ਬਾਹਰੋਂ ਆਇਆ ਵਾਂ ਤੁਹਾਡੇ ਭਾਜੀ ਦਾ ਕਰਕੇ ਲੜਕੇ ਕਰ ਤੁਹਾਡੇ ਭਾਜੀ ਅਫਸਰ ਆ ਸਾਡੇ 'ਤੇ ਹੈ 6 ਸਾਲ ਦੁਬਈ ਮੈਂਜਰੀ ਕੀਤੀ ਹੁਣ ਸਾਡੇ 'ਤੇ ਕਰਨ ਡਏ ਅਤੇ ਅੰਦਰੋਂ ਐਸਾ ਹਾਲ ਚਾਹੀਦਾ ਠੰਡ ਅੰਦਰ ਵੀ ਬਾਹਰ ਵੀ ਇੱਕ ਹੋਰ ਅੰਦਰੋਂ ਕਿਤੇ ਗਲੀ ਨਿਕਲਦੀ ਹੈ ਬਾਹਰ ਅੰਦਰ ਕਮਰੇ ਕੁਮਰੇ ਹੈ ਨਹੀਂ ਕਿ ਏਡੀ ਐਨਕ ਲਾ ਲਈ ਮਤਲਬ ਬੈਕ ਸਾਈਡ 'ਤੇ ਵੀ ਇੱਥੋਂ ਦੇਖਦਾ ਹੈ ਸਾਰੇ ਪੈਸੇ ਐਨਕ ਲਾ ਲਈ ਹੈ ਹੋਰ ਕਿੱਦਾਂ ਮੈਂ ਠੀਕ ਆ ਤੈਨੂੰ ਕਿਤੇ ਦੱਸਾਂ ਚੁਗਲੀ ਹੋ ਜਾਂਦੀ ਇੱਦਾਂ ਅੱਗੇ ਤੇਰਾ ਭਰਾ ਤਮਾ ਕਾ ਗਿਆ ਤੂੰ ਕਾ ਗਿਆ ਹੋਰ ਤਬੀਅਤ ਕਿਤੇ ਵੱਡਾ ਡਿਓਲੇ ਵਰਗਾ ਵਾ ਹੱਸੀ ਦਾ ਹੁੰਦਾ ਵਾ ਲੈ ਉਹ ਲੱਤ ਲੱਤ ਰੱਖੀ ਜਾਣ ਡਿਆ ਭਰਾਵਾ ਕਿਤੇ ਮੇਰੇ ਬਿਆਨ ਲੈਣੇ ਤੂੰ ਹੋਰ ਵਾਹ ਵੀ ਵਾਹ ਕਿਤੇ 1,00,000 ਰੁਪਏ ਤੱਕ ਬੁੱਕ ਕੀਤਾ ਮੈਨੂੰ ਪੁੱਛੀ ਜਾਣਾ ਹੋਰ ਹੋਰ ਤੁਸੀਂ ਸੁਣਾਓ ਕੰਮ ਸ਼ਾਮ ਕੰਮ ਤਾਂ ਨਹੀਂ ਕਿਤੇ ਜਾ ਰਿਹਾ ਬਸ ਗਾਣਾ ਆ ਰਿਹਾ ਉਹ ਭਾਈ ਇਹਨੂੰ ਜੇਬ 'ਚ ਰੱਖ ਆ ਜਾਂਦਾ ਉਹ ਮੇਰੇ ਵਾਸਤੇ ਹੀ ਆਉਣ ਡਿਆ ਵਾ ਸਬਰ ਯਾਰ ਲੈ ਤੁਸੀਂ ਨੇ ਦੇਖਣਾ ਤਾਂ ਕਿੰਨੇ ਦੇਖਣਾ ਉਹ ਤੂੰ ਮੈਨੂੰ ਕੀ ਸਮਝਦਾ ਕੀ ਹੈ ਮੈਂ ਕਿਤੇ ਸ਼ੰਕਰ ਮਹਾਦੇਵ ਦੀ ਗੁੜਤੀ ਮੈਨੂੰ ਹੋਰ ਆ ਰਿਹਾ ਤੁਸੀਂ ਉਹ 1 ਮਿੰਟ ਸਫ਼ਰ ਤੇ ਕਰ ਜਾ ਮੇਰਾ ਭਾਈ ਕੋਈ ਗੱਲਬਾਤ ਕਰ ਲਾ ਜੁੱਤੀ ਬੜੀ ਕਿਤੇ ਬਿੱਲੀ ਵਰਗੀ ਪਈ ਹੈ ਬਸ ਪਾ ਲਈ ਇਹ ਕਿਤੇ ਕਾਰਪੇਟ ਵਿਛਾ ਸੀ ਉਹਦੇ ਨਾਲ ਵਧੀਆ ਹੈ ਗਾਣਾ ਆ ਰਿਹਾ 1 ਮਿੰਟ ਸਿੱਧਾ ਐਨੂੰ ਹੀ ਆ ਰਿਹਾ ਗਾਣਾ ਇੱਥੇ ਰੱਖ ਦੇ ਮੇਰਾ ਭਾਈ ਘਰ ਦਾ ਵਾਈਫਾਈ ਤੁਹਾਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਹੈ 10-20 ਦਾ ਕਨੈਕਸ਼ਨ ਲਾ ਕੇ ਤਾਂ ਸਹੀ ਲੈ ਉਹ ਦੇਖ ਲੈਣਾ ਵਾ ਭਾਈ ਦੇਖ ਲੈਣਾ ਕੋਈ ਨਹੀਂ ਕਿਤੇ ਡਰੋਨ ਦੇ ਸ਼ਾਟ ਨਹੀਂ ਹੈ ਵਿੱਚ ਹੈਗੇ ਡਰੋਨ ਦੇ ਵੀ ਹੈਗੇ ਸ਼ਾਟ ਤੇ ਫਿਰ ਡਰੋਨ ਕਾਹਤੋਂ ਡਿਆ ਮੈਨੂੰ ਡਰੋਨ ਦੇ ਸ਼ਾਟ ਤੁਹਾਨੂੰ ਦਿਖਾਣਾ ਤੁਹਾਨੂੰ ਸਪੈਸ਼ਲ ਦਿਖਾਣ ਵਾਸਤੇ ਤੇ ਬਣਾਇਆ ਐਸਾ ਮਸਤ ਬਿੱਲੀ ਵਰਗਾ ਮੂੰਹ ਹੱਸੀ ਦਾ ਵੀ ਹੁੰਦਾ ਕੋ ਪੂਰਾ ਅੱਛਾ ਬਿੱਲੀ ਸਾਈ ਮੈਨੂੰ ਸਹੀ ਦੱਸੀ ਤੂੰ ਮੈਨੂੰ ਕੀ ਸਮਝਦਾ ਕੀ ਸਮਝਦਾ ਕੀ ਤੂੰ ਮੈਨੂੰ ਕਿਤੇ 뮤직 ਦੀ ਬਹੁਤ ਸਮਝ ਬੂਝ ਆ ਮੈਂ ਕਿਤੇ ਬਹੁਤ ਕੱਟ ਗਿਆ 뮤직 ਦੇ ਵਿੱਚ ਵੀ ਮੇਰੇ ਕਿਤੇ 10 ਵਾਲੀ ਹਿੱਟ ਹੋਏ ਉਹ ਭਰਾਵਾ ਮਾਫੀ ਦੇਈ ਦੀ ਹੁੰਦੀ ਆ ਉਹ ਸਾਰੇ ਦੇਖਣ ਵਾਲਿਆਂ ਨੂੰ ਸਮਝ ਹੋਣੀ ਜ਼ਰੂਰੀ ਤੇ ਨਹੀਂ ਹੁੰਦੀ ਨਾ ਐ ਦੇਖੋ ਤੇ ਸਹੀ ਉਹ ਮੈਂ ਕਿਤੇ ਹੰਸ ਰਾਜ ਹੰਸ ਸਾਹਿਬ ਦੀ ਲੜੀ ਚੋਂ ਨਹੀਂ ਹੈਗਾ ਵੀ ਤੂੰ ਮੈਨੂੰ ਹੀ ਗਾਣੇ ਦਿਖਾਈ ਜਾਂਦਾ ਵਾ ਉਹਨੂੰ ਭੇਜ ਅਸੀਂ ਕਿਤੇ ਕੰਮ ਤੇ ਕੋਈ ਗੱਲਬਾਤ ਕਰਨੀ ਆ ਚਲੋ ਉਹ ਤਸਵੀਰ ਅੱਛਾ ਵੱਡੀ ਛੋਟੀ ਵੀ ਤੂੰ ਆਪ ਹੀ ਕਰਕੇ ਦਿੰਦਾ ਵਾ ਮੈਂ ਕਰ ਲੂੰਗਾ ਮੇਰੇ ਕਿਤੇ ਪੋਟੇ ਸੜੇ ਆ ਨਾਲ ਦੱਸਾਂ ਵੀ ਨਾ ਮੈਂ ਕਿੱਥੇ ਬਣਾਇਆ ਜੇ ਕਿਤੇ ਕਰ ਲਿਆ ਵਾ ਇੰਨੀ ਠੰਡ 'ਚ ਵੀ ਤੁਹਾਨੂੰ ਟੇਕ ਨਹੀਂ ਹੈਗੀ ਕਿੰਨਾ ਪੈਕ ਹੋਇਆ ਤੂੰ ਬਿਲਟੀ ਕਰਾਉਣਾ ਤੈਨੂੰ ਅਸੀਂ ਹੁਣ ਤੇਰੀ ਸਮਝ ਨਹੀਂ ਆਉਣ ਡਈ ਬਸ ਠੀਕ ਆ ਸੋਹਣਾ ਹੋ ਗਿਆ ਆ ਹਲੇ ਤਾਂ ਸ਼ੁਰੂ ਨਹੀਂ ਹੋਇਆ ਕਿਹੜਾ ਫੋਨ ਕਿਹੜਾ ਵਾ ਆਈਫੋਨ ਤੇਰੇ ਕੋਲ ਕਿੱਥੋਂ ਆਇਆ ਅੱਛਾ ਤੁਸੀਂ ਦੋਵੇਂ ਭਰਾਵਾਂ ਨੇ ਨਾ ਆਈਫੋਨ ਰੱਖੇ ਆ ਵੀ ਤੁਹਾਡੇ ਨਾ ਤੁਸੀਂ
ਅਗਲੇ ਬੰਦੇ ਤੇ ਨਾ ਫੌਗ ਜਿਹਾ ਪਾ ਜਾਓ ਹਨਾ ਆਈਫੋਨ ਹੈ ਆਪ ਹੀ ਪੁੱਛਿਆ ਤੁਸੀਂ ਕਿਹੜਾ ਵਾ ਉਹ ਯਾਰ ਫੜ ਯਾਰ ਤੇਰੀ ਗਾਣਾ ਦੇਖੋ ਚ ਮੈਂ ਕਹਿੰਦੇ ਆ ਗਾਣਾ ਦੇਖੋ ਤੁਸੀਂ ਦੇਖੋ ਦੇਖ ਲਈ ਦਾ ਹੁੰਦਾ ਵਾ ਚਲੋ ਆਹ ਦੇਖੋ ਲਓ ਦੇਖੋ ਸਹੀ ਤਰ੍ਹਾਂ ਉੱਧਰ ਥੱਲੇ ਹੈ ਅੱਛਾ ਭਾਜੀ ਭਾਜੀ ਬੈਠੋ ਮੈਂ ਦੇਖ ਲੂੰਗਾ ਆਹ ਦੇਖੋ ਨਾ ਰੋਕ ਦੇਣਾ ਤੁਸੀਂ ਫਿਰ ਨਹੀਂ ਭਾਜੀ ਰੋਕਦਾ ਨਹੀਂ ਰੋਕਦਾ ਤਾਂ ਬੈਠੋ ਸਹੀ ਭਾਜੀ ਦੇਖੋ ਦੇਖੋ ਬੈਠਾ ਹੀ ਹੈ ਮੈਂ ਕਿਹੜਾ ਖੜਾ ਅੱਛਾ ਵਾ ਅੱਛਾ ਤੁਹਾਡਾ ਅੱਛਾ ਵਾ ਸਲਵਾਨ ਦਾ ਅੱਛਾ ਨਹੀਂ ਹੈਗਾ ਭਾਜੀ ਨਹੀਂ ਦੋਨਾਂ ਦਾ ਅੱਛਾ ਵਾ ਸਹੀ ਤਰ੍ਹਾਂ ਦੇਖੋ ਤਾਂ ਸਹੀ ਹਾਂ ਬਸ ਦੇਖ ਲਓ ਨਾ ਭਾਜੀ ਮਿੰਟ ਤਾਂ ਹਲੇ ਇੱਕ ਹੋਇਆ ਵੇ ਠਹਿਰੋ ਸਹੀ ਅੱਛਾ ਭਾਜੀ ਹਾਂ ਉੱਥੇ ਵੀ ਇੱਦਾਂ ਹੀ ਗਿਆ ਕਰੋ ਸਹੀ ਆ ਅਗਲਾ ਦਿਖਾਉਂਦਾ ਆਹ ਕਿੱਧਰ ਚੱਕ ਲਿਆ ਉਹ ਯਾਰ ਵਾਜਾ ਤੈਨੂੰ ਕਿਤੇ ਬਦਰਮੀਆਂ ਦਾ ਸਾਹਮਣੇ ਦਿੱਤਾ ਸੀਗਾ ਚਲੀਏ ਸ਼ੋਅ ਕਰਨ ਲੇਟ ਹੋਣ ਲਾਏ ਚੱਲ ਸ਼ੋਅ ਕਰਨ ਚਲੀਏ ਨਹੀਂ ਨਹੀਂ ਚਲੀਏ ਸ਼ੋਅ ਕਰਨ ਠਹਿਰ ਕੇ ਜਾਂਦੇ ਉਹ ਭਾਈ ਯਾਰ ਸ਼ੋਅ ਕਰਨ ਚਲੀਏ ਹੁਣ ਐ ਫਕਰਾਂਟ ਨੂੰ ਭੇਜ ਇੱਥੋਂ ਚਲੀਏ ਸ਼ੋਅ ਕਰਨ ਆਹ ਮੇਰੇ ਲਾਗੇ ਜਾਦੂ ਜਿਹਾ ਬਿਠਾ ਤਾ ਯਾਰ ਮੈਨੂੰ ਡਰ ਲੱਗੀ ਜਾਣ ਡਿਆ ਮੇਰੀ ਅੱਧੀ ਬਾਂਹ ਹੀ ਨਾ ਖਾ ਜਾਵੇ ਕਿਤੇ ਯਾਰ ਜਿਵੇਂ ਵਾਜਾ ਵਜਾਉਂਦਾ ਵਾ ਤੁਹਾਡੇ ਘਰ ਪੱਥਰ ਪੁੱਥਰ ਨਹੀਂ ਆਉਂਦੇ ਤੁਹਾਡੇ ਘਰ ਕੋਈ ਆਂਡਾ ਟਮਾਟਰ ਨਹੀਂ ਆਉਂਦਾ ਹਾਜੀ ਸਾਹਿਬ ਮੁਹੱਲੇਦਾਰ ਬੋਲਦੇ ਨੇ ਯਾਰ ਵੀ ਕੀ ਕਿਹੜੇ ਕੰਮੇ ਲੱਗੇ ਪੜ੍ਹੇ ਲਿਖੇ ਤੁਸੀਂ ਬੱਚੇ ਆ ਯਾਰ ਹੁਣ ਚੱਲੀਏ ਸ਼ੋਅ ਤੇ ਜਾਣਾ ਨੀ ਚੱਲਦੇ ਆ ਥੋੜੀ ਪ੍ਰੈਕਟਿਸ ਮੈਂ ਵਾਜਾ ਗਰਮ ਹੋ ਜਾਏਗਾ ਭਾਈ ਤੇਰੇ ਸੁਰ ਹੱਥੀ ਪੈ ਜਾਣੇ ਆ ਯਾਰ ਬੇਟੇ ਤੂੰ ਨਹੀਂ ਜਾ ਤੂੰ ਮੈਨੂੰ ਪਹਿਲੇ ਕਿਹਾ ਯਾਰ ਮੈਂ ਨਹੀਂ ਜਾਣਾ ਸ਼ੋਅ ਚ ਸਰਦੀ ਹੈ ਬਹੁਤ ਯੇ ਵੋ ਮੈਂ ਕਿਹਾ ਥੋੜੀ ਪ੍ਰੈਕਟਿਸ ਕਰ ਕੋ ਆਂਡੇ ਉਂਡੇ ਮੈਂ ਤਾਂ ਕਿਹਾ ਲੈਣ ਗਿਆ ਕੋ ਚਾਹ ਲੈਣ ਕੋ ਤੂੰ ਵਾਜਾ ਚੁੱਕ ਲਿਆ ਵਾ ਭਾਈ ਮੈਂ ਇਹਨੂੰ ਕੀ ਆ ਦੱਸਦੇ ਵੀ ਅਸੀਂ ਕਿਹੜਾ ਤੂੰ ਰਿਆਜ਼ ਸ਼ੁਰੂ ਕਰਤਾ ਵਾ ਅੱਛਾ ਤੁਹਾਡੇ ਦੋਵਾਂ ਭਰਾਵਾਂ ਤੋਂ ਮੈਂ ਪੈਸੇ ਲਾਉਣੇ ਆ ਤੁਸੀਂ 5000 ਚ ਤਰਾਨਾ ਰਿਕਾਰਡ ਕਰਦੇ ਮੈਂ ਤੁਹਾਨੂੰ 15 ਦਊਂਗਾ ਇਹਨਾਂ ਦਿਨਾਂ 'ਚ ਜਾ ਕੇ ਨਾਨਕਾਂ 'ਤੇ ਤਰਾਨਾ ਰਿਕਾਰਡ ਕਰਕੇ ਤੁਹਾਡੀ ਕੁਲਫੀ ਬਣੇ ਤੁਹਾਨੂੰ ਲੱਗੇ ਪਤਾ ਤੁਹਾਡਾ ਉਹ ਕਸ਼ਕੋਲ ਜਿਹਾ ਮਾਂ ਜਿਹੜਾ ਅੱਜ ਖਲੋਤਾ ਹੁੰਦਾ ਉੱਥੇ ਬਰਫ਼ ਦਾ ਕਿੱਦਾਂ ਦੀ ਗੱਲ ਦਿਖਾਵਾਂ ਉਹ ਯਾਰ ਠਹਿਰ ਜਾ ਇਹ ਦਿਖਾਉਣ ਤੇ ਰੱਖਿਆ ਬਰਫ਼ਾਲਾ ਵੀ ਕੀਤਾ ਉਹ ਠਹਿਰ ਜਾ ਬਰਫ਼ਾਲਾ ਉਹ ਯਾਰ ਦੇਖ ਤੇ ਸਹੀ ਬਰਫ਼ਾਲਾ ਬਹੁਤ ਫੁੱਲ ਪਾਣਾ ਸਨੋਫਾਲ ਮੈਨੂੰ ਇੱਥੇ ਠੰਡ ਲੱਗਣੀ ਹੁਣ ਜਾਣਾ ਨਹੀਂ ਹੱਥ ਨਹੀਂ ਚੱਲਦੇ ਵਾਕਈ ਯਾਰ ਲੇਕਿਨ ਮੇਰਾ ਬਹੁਤ ਚੱਲ ਰਿਹਾ ਮੈਂ ਬੱਚਾ ਤੁਹਾਡਾ ਲਤਾੜ ਦੇਣਾ ਵਾ ਉਹ ਯਾਰ ਲਾ ਦੇ ਮੈਨੂੰ ਬੁਰਾ ਲੱਗਾ ਉਹ ਪਾਈ ਰੱਖ ਉਹ ਪਾਈ ਰੱਖ ਪਾਈ ਰੱਖ ਪਾਈ ਰੱਖ ਕੈਸਾ ਸਲੂਕੇ ਵਰਗਾ ਮੂੰਹ ਨਿਕਲਿਆ ਵਿੱਚੋਂ ਯਾਰ ਇਹਨੂੰ ਕਿਤੇ ਕੰਮ ਕੁੰਮ ਦੇ ਲਓ ਆ ਉਹ ਫੈਸ਼ਨ ਫੂਸ਼ਨ ਕੀ ਆ ਸੂਫੀ ਹਾਲਤ ਕੀਤੀ ਹੈ ਫੈਸ਼ਨ ਫੂਸ਼ਨ ਕਾਹਦੀ ਹੈ ਮੈਨੂੰ ਐਂ ਲੱਗਣਾ ਮੇਰੇ ਲੱਗ ਗਿਆ ਸਰਾਰ ਸਿੰਗਰ ਬੈਠਾ ਮਸਤ ਹੁਆ ਬਦਨਾਮ ਹੁਆ ਕਿਤੇ ਐਨਕ ਤਾਂ ਛੋਟੀ ਗਰਾਹ ਪਿੱਛੋਂ ਨਜ਼ਰ ਹੀ ਨਹੀਂ ਆਉਣ ਡਿਆ ਐਸੀ ਉਲਝੀ ਨਜ਼ਰ ਉਨਸੇ ਹਟਤੀ ਨਹੀਂ ਦਾਤ ਸੇ ਰੇਸ਼ਮੀ ਡੋਰ ਕੱਟਤੀ ਨਹੀਂ ਉਹ ਯਾਰ ਠੀਕ ਆ ਕੱਚਾ ਹੈ ਜੀ ਬਹੁਤ ਹੀ ਕੱਚਾ ਹੈ ਜੀ ਛੋਟਾ ਵੀ ਕੱਚਾ ਹੈ ਜੀ ਵੱਡਾ ਉਸ ਤੋਂ ਵੀ ਕੱਚਾ ਹੈ ਜੀ ਯਾਰ ਕੀ ਨਿਆਜ਼ੀ ਬ੍ਰਦਰ ਬਣੇ ਤੁਸੀਂ ਦੋਵੇਂ ਉਹ ਵਾਹ 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 ਕੀ ਲਿਆਉਣ ਡਿਆ ਵਾ ਇੱਕ ਮਿੰਟ ਕਿਹੜਾ ਕਾਲਾ ਬਾਜੀ ਇਹ ਦੱਸ ਯਾਰ ਤੁਹਾਨੂੰ ਸਹੀ ਗੱਲ ਹੈ ਤੁਸੀਂ ਦਿਖਾਓ ਮੈਂ ਜਾ ਕੇ ਤੇ ਮੈਂ ਦੱਸ ਦਿੱਤੀ ਤੂੰ ਐਵੇਂ ਨਜਾਇਆ ਜੀ ਵਾਹ 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 ਸਹੀ ਸਹੀ ਮਜਾ ਕੇ ਦਿਖਾ ਦਿਓ ਨਾ ਫਿਰ ਬਤਕ ਸਿਆਪਾ ਕਰਨ ਡੇ ਵਾਹ 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 ਕੋਲ ਸਹੀ ਫਿਰ ਦਿਖਾ ਦੇਣਾ ਐਸੀ ਉਲਝੀ ਨਜ਼ਰ ਉਨਸੇ ਹਟਤੀ ਨਹੀਂ ਦਾਤ ਸੇ ਰੇਸ਼ਮੀ ਡੋਰ ਕੱਟਤੀ ਨਹੀਂ ਉਮਰ ਕਬ ਕੀ ਬਰਸ ਕੇ ਸੁਫੈਦ ਹੋ ਗਏ ਕਾਰੀ ਬਦਰੀ ਜਵਾਨੀ ਕੀ ਛੱਟਤੀ ਨਹੀਂ ਵੱਲਾ ਯੇ ਧੜਕਨ ਬੜਨੇ ਲਗੀ ਹੈ ਚਿਹਰੇ ਕੀ ਰੰਗਤ ਉੜਨੇ ਲਗੀ ਹੈ ਡਰ ਲਗਤਾ ਹੈ ਇਸ਼ਕ ਕਰਨੇ ਮੈਂ ਜੀ ਦਿਲ ਤੋਂ ਬੱਚਾ ਹੈ ਜੀ ਥੋੜਾ ਕੱਚਾ ਹੈ ਜੀ ਨਹੀਂ ਚੰਗਾ ਭਲਾ ਕੱਚਾ ਵਾ
दिल तो बच्चा है जी, चंगा भला कच्चा है जी, दिल तो बच्चा है जी, दाग नहीं दे रहे हैं। थोड़ा कच्चा है जी, दोबारा सुनाना जरा, इधर दोबारा भर के आना जरा मिठाई दोबारा रास्ता। तुसी किद्दां दोवें भरा लैदा लैदा निकल आए हैं, एड्डा अच्छा घराना वा, एड्डे अच्छे बाल डैन, एड्डी अच्छी तुहाडी बरादरी है यार, तुसी किद्दां आए निकल आए विच्चों यार तुसी। किसको पता था पहलू में रखा दिल ऐसा बाजी भी होगा, हम तो हमेशा समझते थे कोई दिल ऐसा हाजी होगा, हाय शोर कर इतना जोर कर, बेवजह बातों पे ऐवे गौर कर, ओ दिल सा कोई कमी ना नहीं, आप ही रुकना तुसी खैर होवे, उम्र में खाओगे धोखे लगता है इश्क करने में जी, दिल तो बच्चा है जी, हाँ थोड़ा कच्चा है जी, हाँ दिल तो बच्चा है जी। यार बस कर चल चलिए शो, हूँ जाना नहीं कर, हाई सा बुला सोटी लैके उन्हें टेप वाली जरा सलमान हटन डी डा, मल्ले कोई लाभा नहीं आता, कोई नहीं समझा, रिश्तेदार कोई ख्याल नहीं यार, विवाद लैदा नाजरीन तुहाडे सामने मैंने कहा चलिए शो करन, हूँ नहीं ये उठा तुहाडे सामने पहला पोर्शन च कढ़ के वेख लो नहीं उठा, तो नहीं जाना तो फिर घर बह के कुछ तो करना है ना यार, यार एड्डी वड्डी सजा नहीं देनी होंगी, बोले छोटे खोमड़ वड्डा वाह कि एड्डी वड्डी लाली देख तो सही भी पूरे पूरे महल का ना वा तू, ये तो कुछ मैं सुना भी जुटी लाने वाले जलोटा साहब नहीं मिलने तू वाह फड़ना मेरा एंड हो गया नहीं नहीं को सुनो वो जो हम सारे गाँव पा जो साजिश ने बाहर निकलिया ना सारा पता वा अफाड़ तू अफाड़ भी नेहा कक्कड़ तेरे तेरा बांध ना लिखाई फिर तू अफाड़ तेरा नहीं नहीं फड़ना भी रात सिंधी चौहान साहब भी तेन कॉल आई है ना ना मैं मैनु भी तुम उ कुछ ही कहना आप सुनाओ ना जो ना तू इदा दई जान रहा सुखी भाई सही सुना दो ना जेड़ा सही होंगे वो ठहर चो भाई सलमान वडाली साहब एक मिनट सबर कर चो कित यार मिठे तू वो सुना फिर एडा तू सिंगर मोए 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 ओ इत्थे बैठ सही सफर दा चॉइस है वे ले मन तो तेत मैं तू बेफिक्र हो के जा तू ना कोई चाह पानी लेवणा कल मैनू एक कुड़ी मिली जिदे गल्लां दे विच टोए मोए 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 मेरा दिल करदा वे इस छोटे भाई नू धोए मोए मोए सड़क ते नी धुंद पई मैनू नजर ना आए टोए मैं तेनू एना घुटना मापे सड़क च बह के तू रोए मोए 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 जो भी मैं खावा बर्गर मेरे कोलो आके खोए ओए ओए तू शेर लाला पे कि
ਮੈਨੂੰ ਨਹੀਂ ਭਰਾ ਸ਼ਰਮ ਹਈਆ ਭਾਵੇਂ ਜਿਹੜਾ ਕੋਲ ਸੋਏ ਓਏ ਓਏ ਮੋਏ 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 ਏਡਾ ਬਦਤਮੀਜ਼ ਆਪ ਤੋਂ ਵੱਡੇ ਨੂੰ ਕਹਿੰਦਾ ਓਏ ਮੋਏ 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 ਉਦੋਂ ਦੀ ਮੈਨੂੰ ਨੀਂਦ ਨਾ ਆਈ ਜਦੋਂ ਪੈਸੇ ਮੇਰੇ ਲਕੋਏ ਮੇਰੇ ਪੱਲਿਓ ਹੀ ਖਾ ਕੇ ਮੈਨੂੰ ਕਹਿੰਦਾ ਤੇਰੇ ਕਿੰਨੇ ਪੈਸੇ ਹੋਏ ਹੋਏ ਮੋਏ 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 ਤੂੰ ਵੀ ਕੋਈ ਸ਼ੇਰ ਸ਼ੂਰ ਸੁਣਾ ਨਾ ਮੋਏ ਮੋਏ ਤੂੰ ਮੋਏ ਮੋਏ ਤੇ ਇਹ ਕੋਰਸ ਗਿਆ ਵਾ ਮਿੱਠੇ ਬੁੱਢੀ ਕਲਾਂ ਤੈਨੂੰ ਕੁੱਟ ਪੈ ਜਾਣੀ ਜੇ ਪਾਂਡੇ ਨਾ ਤੂੰ ਤੋਏ ਮੋਏ ਆਪ ਜਾਣਾ ਜਿਹੜਾ ਤੁਹਾਡੇ ਨਾਲ ਖਲੋਏ ਉਹ ਤੂੰ ਮੋਏ ਮੋਏ ਤੇ ਪਰਾਂ ਮੋਏ ਹੋਏ ਚੱਲ ਗਏ ਯਾਰ ਕੁਝ ਆ ਮੇਰਾ ਭਾਈ ਨਾ ਕੁਛ ਜਾਂ ਚਾਏ ਚੂ ਲੈ ਕੇ ਛੱਡਦੇ ਅਸੀਂ ਕਰ ਲੈਂਦੇ ਕੋਈ ਨਹੀਂ ਜਾ ਤੂੰ ਅੱਲਾ ਤੇਰੀ ਜ਼ਿੰਦਗੀ ਕਰੇ ਅੰਡੇ ਛੱਡੇ ਨੂੰ ਕਰਾ ਲਾ ਅੰਡੇ ਬਣਵਾ ਲਾ ਤੂੰ ਨਾ ਆਵਾਜ਼ਾਂ ਫੜ ਅੱਗੇ ਹੋ ਸੁਣਾ ਕੁਛ ਸ਼ੇਅਰ ਚੱਲਦਾ ਨਹੀਂ ਪਿਆ ਹੈ ਇਹ ਚੱਲ ਨਹੀਂ ਰਿਹਾ ਇਹਨੂੰ ਤੇਲ ਦੇਣ ਵਾਲਾ ਹੋਇਆ ਚੱਲਦਾ ਕਿਉਂ ਨਹੀਂ ਪਿਆ ਤੂੰ ਇਹ ਤਾਂ ਸਫ਼ਰ ਕਰਨਾ ਵਾ ਚੱਲਦਾ ਨਹੀਂ ਪਿਆ ਤੇਰੀ ਜ਼ਬਾਨ ਥੋੜ੍ਹੀ ਚੱਲਦੀ ਦਾਦਾ ਦਈ ਜਾਂਦਾ ਸੀ ਹੁਣ ਸੁਣਾ ਮੈਨੂੰ ਕੁਛ ਸ਼ੇਅਰ ਸ਼ੂਰ ਸੁਣਾ ਮੋਏ ਮੋਏ ਕਰੀ ਜਾਣ ਓਏ ਇੱਦਾਂ ਨਹੀਂ ਹੋਏ ਸਹੀ ਤਰ੍ਹਾਂ ਪੰਜਾਬ ਮੋਏ ਮੋਏ ਖੱਬਿਆ ਆਹ ਹੱਥ ਰੱਖ ਲਿਆ ਜੀ ਏਦਾਂ ਹੁੰਦਾ ਏਦਾਂ ਇੱਕ ਗਲਾਸ ਉਸ ਤਾਂ ਕਿਉਂ ਕੀ ਹੋਇਆ ਵੈਸੇ ਗੰਦੇ ਹੋਏ ਜ਼ਰਾ ਅੱਛਾ ਮੋਬਾਈਲ ਕਿੱਥੇ ਭਰਾ ਦਾ ਮੋਬਾਈਲ ਦਿਖਾਉਣਾ ਤੇ ਰਿਕਾਰਡ ਰਿਕਾਰਡ ਕਰਨਾ ਮੈਂ ਕਿਹੜਾ ਭਰਾ ਨੂੰ ਰਿਕਾਰਡਿੰਗ ਯਾਦਗਿਰੀ ਰਹਿ ਜਾਏਗੀ ਇੱਥੇ ਜ਼ਰਾ ਆਇਆ ਕੁਛ ਸਰ ਸਮਝ ਆ ਰਹੀ ਕੁਛ ਸਰ ਹੈ ਇੱਕ ਮਿੰਟ ਇੱਕ ਮਿੰਟ ਮੈਂ ਦੱਸਦਾ ਇੱਕ ਮਿੰਟ ਮੈਂ ਦੱਸਦਾ ਇੱਥੇ ਛੱਡੋ ਜ਼ਰਾ ਛੱਡੋ ਇੱਕ ਮਿੰਟ ਚੈੱਕ ਤੇ ਕਰ ਛੱਡੋ ਜ਼ਰਾ ਜ਼ੁਲਫੀ ਬੁਖਾਰੀ ਸਾਹਿਬ ਇੱਕ ਮਿੰਟ ਸਬਰ ਜ਼ਰਾ ਹੈ ਇਹ ਤੇਰਾ ਹੱਥ ਲੱਗ ਗਿਆ ਗੰਦਾ ਹੋ ਗਿਆ ਬਾਜਾ ਇੱਕ ਮਿੰਟ ਸਬਰ ਇੱਥੇ ਕਰਾ ਇੱਥੇ ਕਰਤਿਆ ਇੱਥੇ ਹੋ ਗਿਆ ਦਾਦਾ ਹੀ ਦੇਈ ਜਾਂਦਾ ਦਾਦਾ ਹੀ ਦੇਈ ਜਾਂਦਾ ਹੈ ਦਾਦਾ ਹੀ ਦੇਈ ਜਾਂਦਾ ਕੋਈ ਗਾ ਕੇ ਵੀ ਸੁਣਾ ਮੈਨੂੰ ਹੈ ਦਾਦਾ ਹੀ ਦੇਈ ਜਾਂਦਾ ਆਪਣੇ ਵਾਲੇ ਪੂਰਾ ਜੀਖਾ ਬਣਦਾ ਹੈ ਵੀ ਜਿਵੇਂ ਤੇਰੇ ਗਾਣੇ ਸਾਰੇ ਹਿੱਟ ਜਾਣ ਡੇ ਮੋਏ ਮੋਏ ਤੋਂ ਕਿੱਥੇ ਆਉਂਦਾ ਕੁਛ ਨਹੀਂ ਹੈ ਨਾਲ ਕਿਹਾ ਤੂੰ ਇੱਦਾਂ ਚੱਲ ਜਾਣਾ ਜਿਵੇਂ ਤੇਰਾ ਕੋਈ ਕਿਰਾਇਆ ਭਰਦਾ ਵਾ ਇੱਦਾਂ ਕਰਦਾ ਵਾ ਹੈ ਜਿਵੇਂ ਤੇਰਾ ਗਾਣਾ ਟੀ ਸੀਰੀਜ਼ ਤੋਂ ਆਉਂਦੇ ਆ ਹੈ ਵੀ ਜਿਹੜਾ ਜਿਵੇਂ ਰਹਿਮਤ ਗ੍ਰਾਮੋਫੋਨ ਤੇਰੇ ਸਿਰ 'ਤੇ ਬਣੇ ਸੀ ਹੈ